ਚੋਰਾਂ ਦੇ ਹੌਸਲੇ ਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਬੇਖੌਫ ਹੋ ਕੇ ਘਰਾਂ ਦੇ ਮੂਹਰੇ ਹੀ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਇੱਕ ਸੀਸੀਟੀਵੀ ਫੁਟੇਜ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਬਜ਼ੁਰਗ ਔਰਤ ਆਪਣੇ ਘਰ ਵੱਲ ਨੂੰ ਜਾ ਰਹੀ ਹੈ ਅਤੇ ਪਿੱਛੇ ਹੀ ਇੱਕ ਚੋਰ ਹੌਲੀ ਹੌਲੀ ਆਉਂਦਾ ਹੈ ਅਤੇ ਸੁਨਸਾਨ ਮੁਹੱਲਾ ਦੇ ਕੇ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾੜੀਆਂ ਲਾ ਕੇ ਲੈ ਜਾਂਦਾ ਹੈ। ਬਜ਼ੁਰਗ ਮਹਿਲਾ ਚਲਾਉਂਦੀ ਹੈ ਪਰ ਇੰਨੇ ਨੂੰ ਚੋਰ ਰਫੂ ਚੱਕਰ ਹੋ ਜਾਂਦਾ ਹੈ। ਆਓ ਤੁਸੀਂ ਵੀ ਦੇਖੋ ਇਹ ਵੀਡੀਓ। ब्यूरो रिपोर्ट, रंगला टीवी। ਚੋਰਾਂ ਦੇ ਹੌਸਲੇ ਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਬੇਖੌਫ ਹੋ ਕੇ ਘਰਾਂ ਦੇ ਮੂਹਰੇ ਹੀ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਇੱਕ ਸੀਸੀਟੀਵੀ ਫੁਟੇਜ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਬਜ਼ੁਰਗ ਔਰਤ ਆਪਣੇ ਘਰ ਵੱਲ ਨੂੰ ਜਾ ਰਹੀ ਹੈ ਅਤੇ ਪਿੱਛੇ ਹੀ ਇੱਕ ਚੋਰ ਹੌਲੀ ਹੌਲੀ ਆਉਂਦਾ ਹੈ ਅਤੇ ਸੁਨਸਾਨ ਮੁਹੱਲਾ ਦੇ ਕੇ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾੜੀਆਂ ਲਾ ਕੇ ਲੈ ਜਾਂਦਾ ਹੈ। ਬਜ਼ੁਰਗ ਮਹਿਲਾ ਚਲਾਉਂਦੀ ਹੈ ਪਰ ਇੰਨੇ ਨੂੰ ਚੋਰ ਰਫੂ ਚੱਕਰ ਹੋ ਜਾਂਦਾ ਹੈ। ਆਓ ਤੁਸੀਂ ਵੀ ਦੇਖੋ ਇਹ ਵੀਡੀਓ। ब्यूरो रिपोर्ट, रंगला टीवी।